ਬਿਲਕੁਲ ਅੱਜ ਕਾਂਗਰਸ ਪਾਰਟੀ ਵੱਲੋਂ ਲਾਅ ਐਂਡ ਆਰਡਰ ਦੇ ਪ੍ਰਤੀ ਜਿਹੜਾ ਇਹ ਧਰਨਾ ਲਗਾਇਆ ਗਿਆ, ਇਹ ਜਿਹੜੀ ਆਵਾਜ਼ ਹੈ ਇਹ ਆਮ ਲੋਕਾਂ ਲਈ ਆਵਾਜ਼ ਜਿਹੜੀ ਹੈ ਕਾਂਗਰਸ ਪਾਰਟੀ ਉਠਾ ਰਹੀ ਹੈ। ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜੋ ਵੀ ਆਮ ਲੋਕਾਂ ਨੂੰ ਤਕਲੀਫ ਆਉਂਦੀ ਹੈ, ਕਾਂਗਰਸ ਹੀ ਐਸੀ ਪਾਰਟੀ ਹੈ ਜਿਹੜੀ ਆਮ ਲੋਕਾਂ ਦੇ ਨਾਲ ਹਮੇਸ਼ਾ ਦਿਨ ਰਾਤ ਇੱਕ ਕਰਕੇ ਖੜੀ ਹੈ। ਤੁਸੀਂ ਦੇਖ ਸਕਦੇ ਹੋ ਚੋਰੀਆਂ ਜਿਹੜੀਆਂ ਬਹੁਤ ਹੋ ਰਹੀ ਹੈ, ਡਰੱਗਸ ਜਿਹੜੇ ਹੈਗੇ ਬਹੁਤ ਗਲੀ ਗਲੀ ਹਰ ਮਹੱਲੇ ਦੇ ਵਿੱਚ ਵਿਕ ਰਹੀ ਹੈ, 15-15 ਸਾਲਾਂ ਦੇ ਬੱਚੇ ਜਿਹੜੇ ਹੈ ਨਸ਼ੇ ਕਰ ਰਹੇ ਹੈਗੇ, ਆਮ ਘਰਾਂ ਦੇ ਵਿੱਚ ਜਿਹੜੇ ਹੈ ਇੱਕ ਘਰ ਛੱਡ ਕੇ ਨਸ਼ਾ ਵਿਕ ਰਿਹਾ, ਕਿਉਂ ਹੋ ਰਿਹਾ? ਕਿਤੇ ਨਾ ਕਿਤੇ ਲੋਕਾਂ ਦੀ ਸੁਣਵਾਈ ਨਹੀਂ, ਜੇ ਕੋਈ ਕੰਪਲੇਨ ਕਰਦਾ ਉਹਦੀ ਸੁਣਵਾਈ ਨਹੀਂ ਹੁੰਦੀ। ਪਿੱਛੇ ਜੇ ਮਹੇਸ਼ਰੀ ਪਿੰਡ ਦੇ ਵਿੱਚੋਂ ਹੀ ਸਾਡਾ ਹੀ ਇੱਕ ਪਰਿਵਾਰ ਦਾ ਜਿਹੜਾ ਹੈਗਾ ਬੱਚਾ ਜਿਹੜਾ ਨੌਜਵਾਨ ਮੁੰਡਾ ਇਕੱਲਾ ਇਕੱਲਾ ਉਹ ਗਿੱਲ ਰੋਡ ਦੇ ਮਾਰਿਆ ਪਿਆ ਸੀਗਾ, ਔਰ ਮਾਂ ਪਿਓ ਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਕਿ ਉਹ ਬੱਚੇ ਦੀ ਮੌਤ ਕਿਵੇਂ ਹੋਈ। ਉਹ ਬੱਚੇ ਦਾ ਫੋਨ ਚੱਕ ਲਿਆ, ਸਭ ਕੁਝ ਚੱਕ ਲਿਆ, ਕਿਉਂ ਹਜੇ ਤੱਕ ਜਿਹੜੀ ਹੈ ਸਰਕਾਰ ਇਹ ਚੀਜ਼ ਨੂੰ ਡਿਲੇ ਕਰ ਰਹੀ ਹੈ? ਉਹ ਮਾਂ ਪਿਓ ਨੂੰ ਪੁੱਛੋ ਜਿਹਦਾ ਇਕੱਲਾ ਇਕੱਲਾ ਮੁੰਡਾ ਸੀ ਮਰ ਗਿਆ, ਉਹਨਾਂ ਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਕਿ ਉਹ ਬੱਚੇ ਨੂੰ ਹੋਇਆ ਕੀ। ਕੀ ਆਪਣੇ ਜਿਹੜੀ ਸਰਕਾਰ ਹੈ ਇੰਨੀਆਂ ਨਾਕਾਮ ਹੋ ਗਈਆਂ ਕਿ ਉਹਨਾਂ ਨੂੰ ਕੁਛ ਵੀ ਨਹੀਂ ਉਹ ਕਰ ਸਕਦੀ ਹੈ? ਜ਼ਰੂਰਤ ਹੈ ਆਵਾਜ਼ ਉਠਾਉਣ ਦੀ। ਅੱਜ ਇੱਥੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਵਰਕਰਸ, ਸਰਪੰਚਿਸ, ਵਲੰਟੀਅਰਸ, ਐਮਸੀਸ ਜਿੰਨੇ ਵੀ ਆਏ ਹੈ, ਇਹ ਉਹ ਲੋਕ ਹੈ ਜਿਹੜੇ ਹਰ ਬੰਦੇ ਦੀ ਆਵਾਜ਼ ਉਠਾ ਲਈ ਹੈ। ਜੇ ਅੱਜ ਸਾਡੇ ਇੱਥੇ ਸਰਪੰਚ ਬੈਠੇ ਹੈ, ਜੇ ਪਿੰਡ ਚੋਂ ਇੱਕ ਜਣਾ ਆਇਆ ਜਾਂ 10 ਜਣੇ ਆਏ ਹੈ, ਉਹਨਾਂ ਦੇ ਪਿੱਛੇ 100-100 ਬੰਦੇ ਦੀ ਆਵਾਜ਼ ਬਣ ਕੇ ਇਹ ਆਏ ਹੈ, ਕਿਉਂਕਿ ਹਰ ਰੋਜ਼ ਇਹਨਾਂ ਕੋਲ ਵੀ ਔਰ ਸਾਡੇ ਕੋਲ ਵੀ ਉਹ ਲੋਕ ਆਉਂਦੇ ਜਿਨ੍ਹਾਂ ਨਾਲ ਧੱਕਾਸ਼ਾਹੀ ਹੋ ਰਹੀ ਹੈ, ਜਿਨ੍ਹਾਂ ਦੇ ਕੰਮ ਰੋਕੇ ਜਾਂਦੇ ਹੈ ਧੱਕੇ ਦੇ ਨਾਲ, ਜਿਨ੍ਹਾਂ ਦੇ ਚੋਰੀਆਂ ਹੋ ਰਹੀ ਹੈ। ਜ਼ਰੂਰਤ ਹੈ ਆਵਾਜ਼ ਉਠਾਈਏ। ਔਰ ਹੁਣ ਜੇ ਲੋਕਾਂ ਨੇ ਝਾੜੂ ਦੀ ਪਾਰਟੀ ਲੈ ਕੇ ਆਏ ਹੈ, ਲੋਕਾਂ ਨੇ ਵਿਸ਼ਵਾਸ ਦਿਖਾਇਆ ਕਿ ਲਾਅ ਐਂਡ ਆਰਡਰ ਬਹੁਤ ਵਧੀਆ ਹੋਊਗਾ, ਲੇਕਿਨ ਮੈਨੂੰ ਲੱਗਦਾ ਕਿ ਜਿੰਨਾ ਕੁ ਲਾਅ ਐਂਡ ਆਰਡਰ ਇਸ ਪਾਰਟੀ ਨੇ ਫੇਲ ਕੀਤਾ, ਉਹਨਾਂ ਕਿਸੇ ਨੇ ਵੀ ਪਾਰਟੀ ਨੇ ਨਹੀਂ ਕੀਤਾ। ਇਹ ਆਵਾਜ਼ ਜਿਹੜੀ ਹੈ ਕਾਂਗਰਸ ਪਾਰਟੀ ਐਵੇਂ ਉਠਾਉਂਦੀ ਰਹੂ। ਮਾਲਵਿਕਾ ਜੀ, ਆਏ ਦਿਨ ਜਿਹੜੇ ਲੁੱਟਾਂ ਖੋਹਾਂ ਹੋ ਰਹੀਆਂ, ਸ਼ਹਿਰ ਦੇ ਵਿੱਚ ਚੋਰੀਆਂ ਦੀ ਘਟਨਾਵਾਂ ਹੋ ਰਹੀਆਂ, ਨਸ਼ੇ ਦੀ ਗੱਲ ਕਰੀਏ, ਨਸ਼ੇ ਨੂੰ ਠੱਲ ਨਹੀਂ ਪੈ ਰਹੀ, ਸਰਕਾਰ ਕਹਿੰਦੀ ਲਾਅ ਐਂਡ ਆਰਡਰ ਸਥਿਤੀ ਬਿਲਕੁਲ ਬਰਕਰਾਰ ਹੈ। ਤੁਸੀਂ ਮੀਡੀਆ ਵਾਲਿਓ ਜੀ, ਤੁਹਾਨੂੰ ਸਭ ਨੂੰ ਪਤਾ, ਤੁਸੀਂ ਸਾਰੀ ਕਵਰੇਜ ਕਰਦੇ, ਤੁਹਾਨੂੰ ਪਤਾ ਨਸ਼ੇ ਕਿੰਨੇ ਵਿਕ ਰਹੇ, ਤੁਹਾਨੂੰ ਸਭ ਨੂੰ ਪਤਾ ਲੋਕਾਂ ਦੀਆਂ ਬਾਈਕਸ ਚੱਕੀਆਂ ਜਾ ਰਹੀਆਂ। ਮੈਨੂੰ ਲੱਗਦਾ ਕਿ ਰੋਜ਼ ਦੀਆਂ ਮੋਗੇ ਦੇ ਵਿੱਚ ਜੇ 10-12 ਬਾਈਕਸ ਚੱਕੀਆਂ ਜਾਂਦੀਆਂ, ਔਰ ਉਹ ਲੋਕਾਂ ਦੀ ਬਾਈਕਸ ਚੱਕੀਆਂ ਜਾਂਦੀਆਂ ਜਿਹੜੇ ਵਿਚਾਰੇ ਆਪਣੀ ਪੈਸੇ ਇਕੱਠੇ ਕਰਕੇ ਕਿਸ਼ਤਾਂ ਦੇ ਉੱਪਰ ਬਾਈਕਸ ਲੈਂਦੇ। ਤੁਸੀਂ ਸੋਚੋ ਉਹਨਾਂ ਦੀ ਬਾਈਕਸ ਚੱਕੀ ਜਾਂਦੀ, ਕਿੰਨਾ ਔਖਾ ਹੈ ਗਰੀਬ ਪਰਿਵਾਰ ਲਈ। ਸਾਡੇ ਕੋਲ ਹਫਤੇ ਦੇ ਵਿੱਚ ਮੈਂ ਕਹੂੰਗੀ 3-4 ਕੇਸਿਸ ਐਸੇ ਆਉਂਦੇ ਜਿਹੜੇ ਕਹਿੰਦੇ ਕਿ ਮੈਡਮ ਸਾਡੀ ਬਾਈਕ ਚੱਕੀ ਗਈ, ਮੇਰਾ ਬੇਟਾ ਨਸ਼ੇ ਕਰ ਰਿਹਾ, ਕੀ ਆਪਾਂ ਕੋਈ ਨਸ਼ਾ ਕੇਂਦਰ ਦੇ ਵਿੱਚ ਸਾਡੀ ਮਦਦ ਕਰ ਸਕਦੇ ਹੋ ਕਿ ਇਹਦੀ ਉੱਥੇ ਇਹਨੂੰ ਜਮ੍ਹਾਂ ਕਰਵਾ ਦਈਏ? ਮੈਨੂੰ ਲੱਗਦਾ ਕਿ ਕਿਉਂ ਆਪਾਂ ਆਪਣੇ ਯੂਥ ਨੂੰ ਨਸ਼ੇ ਵੱਲ ਖਿੱਚ ਕੇ ਲੈ ਕੇ ਜਾ ਰਹੇ ਹਾਂ। ਕਿਤੇ ਨਾ ਕਿਤੇ ਰੱਬ ਜਿਹੜਾ ਹੈ, ਰੱਬ ਨੂੰ ਆਪਾਂ ਜਾਣ ਦੇਣੀ ਹੈ, ਆਪਾਂ ਕਿਉਂ ਨਹੀਂ ਲੋਕਾਂ ਦੀ ਸੁਣ ਰਹੇ? ਮੈਨੂੰ ਲੱਗਦਾ ਜੇ ਰੱਬ ਨੇ ਵਿਸ਼ਵਾਸ ਦੇ ਕੇ ਸਰਕਾਰ ਨੂੰ ਅੱਗੇ ਲੈ ਕੇ ਆਉਂਦਾ, ਜ਼ਰੂਰੀ ਹੈ ਕਿ ਉਹ ਲੋਕਾਂ ਦੀ ਉਮੀਦਾਂ ਤੇ ਸਰਕਾਰ ਖਰੀ ਉਤਰੇ। ਜੇ ਨਹੀਂ ਉਤਰੂਗੀ ਤੇ ਇਹ ਜਿਹੜੀ ਕਾਂਗਰਸ ਪਾਰਟੀ ਹੈ, ਸਾਡਾ ਪਰਿਵਾਰ ਹੈ, ਇਹ ਐਵੇਂ ਲੋਕਾਂ ਦੀ ਆਵਾਜ਼ ਬਣ ਕੇ ਉੱਠ ਕੇ ਆਊਗਾ। ਤੁਸੀਂ ਦੇਖ ਸਕਦੇ ਹੋ, ਮੈਂ ਕਹੂੰਗੀ ਕੈਮਰਾ ਤੁਸੀਂ ਪੂਰਾ ਪਿੱਛੇ ਤੱਕ ਘੁਮਾਓ, ਤਾਂ ਕਿ ਜਿੰਨੇ ਵੀ ਸਾਡੇ ਵਰਕਰਸ ਬੈਠੇ ਇੱਥੇ ਉਹ ਪਿੰਡਾਂ ਦੀ ਆਵਾਜ਼ ਬਣ ਕੇ ਆਏ, ਜੋ ਕਿ ਉਹਨਾਂ ਦੇ ਪਿੰਡਾਂ ਦੇ ਹਾਲਾਤ ਹੈ, ਸ਼ਹਿਰ ਦੇ ਹਾਲਾਤ ਹੈ, ਗਲੀਆਂ ਦੇ ਹਾਲਾਤ ਹੈ, ਔਰ ਕਾਂਗਰਸ ਹਮੇਸ਼ਾ ਹੀ ਆਵਾਜ਼ ਉਠਾਉਂਦੀ ਰਹੂਗੀ, ਚਾਹੇ ਉਹ
ਲਾਅ ਐਂਡ ਆਰਡਰ ਹੋਵੇ ਚਾਹੇ ਕੁਛ ਵੀ ਹੋਵੇ। ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਜਿਹੜੇ ਉਹਨਾਂ ਦੇ ਜਿਹੜੇ 2.5 ਸਾਲ ਦੇ ਜਿਹੜੇ ਕੰਮ ਕੀਤੇ ਕਿਸੇ ਸਰਕਾਰ ਨੇ ਅਜੇ ਤੱਕ ਨਹੀਂ ਕੀਤੇ, ਤੁਹਾਨੂੰ ਕੀ ਲੱਗਦਾ ਹੈ? ਬਿਲਕੁਲ ਮੈਂ ਕਹੂੰਗੀ ਜੋ ਉਹਨਾਂ ਨੇ ਕੰਮ ਕੀਤੇ ਕਿਸੇ ਨੇ ਵੀ ਨਹੀਂ ਕੀਤੇ, ਕਿਉਂਕਿ ਬੁਰਾ ਹਾਲ ਹੈ ਜੀ। ਤੁਸੀਂ ਦੇਖ ਸਕਦੇ ਲਾਅ ਐਂਡ ਆਰਡਰ ਦੇ ਇੰਨੀ ਧੱਜੀਆਂ ਉਡਾਈਆਂ ਜਾ ਰਹੀਆਂ ਜਿਹਦਾ ਕੋਈ ਹਿਸਾਬ ਨਹੀਂ। ਵਾਕਈ ਉਹਨਾਂ ਵਰਗਾ ਕੰਮ ਕਿਸੇ ਨੇ ਨਹੀਂ ਕੀਤਾ, ਕਿਉਂਕਿ ਲੋਕ ਇੰਨਾ ਪਛਤਾ ਰਹੇ ਉਹਨਾਂ ਨੂੰ ਲੈ ਕੇ ਜਦ ਦੇ ਆਏ ਹੈਗੇ। ਡਰੱਗਸ ਦਾ ਬੁਰਾ ਹਾਲ ਹੈ, ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ। ਕੌਣ ਐਸਾ ਬੰਦਾ ਹੈ ਜਿਹੜਾ ਆਪਣੀਆਂ ਗਲੀਆਂ ਨੀ ਸਾਫ਼ ਕਰਾਉਣਾ ਚਾਹੁੰਦਾ? ਤੁਸੀਂ ਦੇਖੋ ਕਿ ਸੀਵਰੇਜ ਦੇ ਬੁਰੇ ਹਾਲ ਹੈ, ਪਾਣੀ ਸਾਰਾ ਬਾਹਰ ਤੱਕ ਆਇਆ ਪਿਆ। ਕਿਉਂ ਨੀ ਸਫਾਈ ਹੋ ਰਹੀ ਆ? ਇਸੇ ਲਈ ਨਹੀਂ ਸਫਾਈ ਹੋ ਰਹੀ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੇ ਉਹ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਿਹੜੇ ਡਿਜ਼ਰਵਿੰਗ ਨਹੀਂ ਸੀਗੇ। ਜਿਹੜੇ ਲੋਕੀ ਡਿਜ਼ਰਵਿੰਗ ਸੀ ਉਹਨਾਂ ਨੌਕਰੀਆਂ ਨਹੀਂ ਦਿੱਤੀਆਂ, ਜੋ ਕਿ ਬਹੁਤ ਹੀ ਗਲਤ ਹੈ। ਮੈਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਬਹੁਤ ਗਲਤ ਹੈ। ਧੱਕਾਸ਼ਾਹੀ ਹੋ ਰਹੀ ਹੈ ਪੁਰਾਣੇ ਵਰਕਰਸ ਦੇ ਨਾਲ। ਤੁਸੀਂ ਦੇਖ ਸਕਦੇ ਹੋ ਮੋਗੇ ਦੇ ਵੀ ਬੁਰਾ ਹਾਲ ਹੀ ਹੈ। ਮੇਰਾ ਨਾਮ ਮਿੱਕੀ ਹਿੰਦਲ ਹੈ ਜੀ। ਮੈਂ ਬਤੌਰ ਕਾਂਗਰਸ ਪਾਰਟੀ ਵੱਲੋਂ ਧਰਨਾ ਦਿੱਤਾ ਗਿਆ। ਬਿਲਕੁਲ ਜੀ, ਅਜੇ ਸਾਰੇ ਹੀ ਪੰਜਾਬ ਪੱਧਰ ਦੇ ਉੱਤੇ ਸਾਡੇ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ, ਰਾਜਾ ਵੜਿੰਗ ਜੀ ਦੀ ਅਗਵਾਈ ਹੇਠ ਡਿਪਟੀ ਆਫਿਸ ਦੇ ਅੱਗੇ ਧਰਨਾ ਦਿੱਤਾ ਗਿਆ ਹੈ, ਤਾਂ ਕਿ ਸੁੱਤੀ ਹੋਈ ਸਰਕਾਰ ਨੂੰ ਅਸੀਂ ਜਗਾ ਸਕੀਏ। ਜੋ ਹਾਲਾਤ ਕਾਨੂੰਨ ਵਿਵਸਥਾ ਦੇ ਬਣੇ ਹੋਏ ਨੇ, ਫਰੌਤੀਆਂ ਆ ਰਹੀਆਂ ਨੇ। ਕੋਈ ਬੰਦਾ ਆਪਦਾ ਕਾਰੋਬਾਰ ਕਰਦਾ ਹੈ, ਸ਼ਾਮ ਨੂੰ ਕਮਾਈ ਕਰਕੇ ਜਾਂਦਾ ਹੈ, ਉਸਨੂੰ ਸ਼ਾਮ ਨੂੰ ਘਰੇ ਜਾਣ ਤੋਂ ਪਹਿਲਾਂ ਹੀ ਫੋਨ ਆ ਜਾਂਦਾ ਹੈ। ਸੋ ਇਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਧਰਨਾ ਦਿੱਤਾ ਜਾ ਰਿਹਾ। ਪੰਜਾਬ ਸਰਕਾਰ ਵੱਲੋਂ ਕਹਿੰਦਾ ਨਸ਼ਾ ਤਸਕਰਾਂ ਦੀ ਜਿਹੜੀਆਂ ਹੈਗੀਆਂ ਪ੍ਰਾਪਰਟੀਆਂ ਸੀਲ ਕੀਤੀਆਂ ਜਾ ਰਹੀਆਂ, ਨਸ਼ੇ ਤੇ ਕਾਬੂ ਪਾਇਆ ਜਾ ਰਿਹਾ, ਤੁਸੀਂ ਕੀ ਦੇਖਦੇ? ਜਿੰਨਾ ਕੁ ਅਸੀਂ ਪਬਲਿਕ ਦੇ ਵਿੱਚ ਡੀਲ ਕਰਦੇ ਹਾਂ ਜੀ, ਪਬਲਿਕ ਦੇ ਵਿੱਚ ਵਿਚਰਦੇ ਹਾਂ, ਮੇਰੇ ਹਿਸਾਬ ਨਾਲ ਤਾਂ ਕੋਈ ਹਜੇ ਫਰਕ ਵਾਲੀ ਗੱਲ ਲੱਗਦੀ ਨਹੀਂ ਹੈ। ਉਵੇਂ ਹੀ ਨਸ਼ਾ ਵਿਕਦਾ ਹੈ, ਉਹੀ ਹਾਲਾਤ ਨੇ ਇਹ, ਆਪਾਂ ਸਾਰੇ ਜਾਣਦੇ ਹਾਂ ਜੀ। ਦਿਨੋਂ ਦਿਨ ਚੀਜ਼ ਵੱਧ ਹੀ ਰਹੀ ਹੈ, ਘਟਣ ਦੇ ਬਜਾਏ ਡੇਲੀ ਫਰੌਤੀਆਂ, ਲੁੱਟਾਂ ਖੋਹਾਂ। ਕੋਈ ਮਾਂ ਭੈਣ ਸ਼ਾਮ ਨੂੰ ਬਾਜ਼ਾਰ ਜਾਣ ਲੱਗਿਆ 20 ਵਾਰੀ ਸੋਚਦੀ ਹੈ ਕਿ ਜਾਵਾਂ ਕਿ ਨਾ ਜਾਵਾਂ। ਕੋਈ ਬੱਚਾ ਬਾਹਰ ਖੇਡਣ ਲੱਗਿਆ ਵੀ ਹੁਣ ਤਾਂ ਸੋਚਣ ਲੱਗ ਗਿਆ ਵੀ ਜਾਈਏ ਕਿ ਨਾ ਜਾਈਏ। ਕਿ ਜੋ ਹਾਲਾਤ ਹੋ ਚੁੱਕੇ ਆ ਪੰਜਾਬ ਦੇ, ਬਹੁਤ ਆਪਾਂ ਸਾਰੇ ਮੱਦੇਨਜ਼ਰ ਜਾਣਦੇ ਹਾਂ ਜੀ। ਤੁਸੀਂ ਕੀ ਮੈਸੇਜ ਕੀ ਦੇਣਾ ਚਾਹੋਗੇ? ਮੈਸੇਜ ਤਾਂ ਇਹੀ ਹੈ ਜੀ, ਅਸੀਂ ਸੁੱਤੀ ਹੋਈ ਸਰਕਾਰ ਨੂੰ ਜਗਾਉਣਾ ਚਾਹੁੰਦੇ ਇਸ ਧਰਨੇ ਦੇ ਖਾਤਰ। ਸਾਨੂੰ ਲੱਗਦਾ ਹੈ ਅਗਰ ਇਸ ਤਰ੍ਹਾਂ ਦੇ ਅਸੀਂ ਧਰਨੇ ਦਿੰਦੇ ਰਹਾਂਗੇ ਤਾਂ ਕਿ ਇਹਨਾਂ ਦੇ ਗੂੰਗੀ ਬੋਲੀ ਸਰਕਾਰ ਨੂੰ ਥੋੜ੍ਹਾ ਮੋਟਾ ਅਸੀਂ ਜਗਾ ਸਕਾਂਗੇ। ਪੰਜਾਬ ਦੇ ਜਿਹੜੇ ਹਾਲਾਤ ਹੈ ਉਹ ਦਿਨ ਬੈ ਦਿਨ ਬੇਕਾਬੂ ਹੁੰਦੇ ਜਾ ਰਹੇ ਹੈ। ਪੰਜਾਬ ਦੇ ਵਿੱਚ ਚੋਰ ਚਵੱਕੇ, ਗੈਂਗਸਟਰ, ਛੀਨਾ ਛੱਪੀ ਵਾਲੇ, ਡਾਕਿਆਂ ਵਾਲੇ ਬਹੁਤ ਦਿਨੋਂ ਦਿਨ ਹਾਵੀ ਹੁੰਦੇ ਜਾ ਰਹੇ ਹੈ। ਐਂਡ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਅਸੀਂ ਮਾਹੌਲ ਅੱਤਵਾਦ 'ਚ ਦੇਖਿਆ ਸੀ, ਮੈਨੂੰ ਅੱਜ ਲੱਗਦਾ ਉਦੋਂ ਵੀ ਸਹਿਮ ਦਾ ਮਾਹੌਲ ਹੈ ਪੰਜਾਬ ਦੇ ਵਿੱਚ। ਤੁਹਾਡੇ ਕੋਲ ਸਾਰੀਆਂ ਸੁੱਖ ਸੁਵਿਧਾਵਾਂ ਹੋਣ, ਪਰ ਅਗਰ ਤੁਹਾਡੇ ਦਿਮਾਗ 'ਚ ਹਮੇਸ਼ਾ ਡਰ ਰਹੇ ਕਿ ਯਾਰ ਪਤਾ ਨਹੀਂ ਮੇਰੇ ਨਾਲ ਕਿਹੜੀ ਘਟਨਾ ਵਾਪਰ ਜਾਣੀ ਹੈ, ਸੋ ਸਾਡੀਆਂ ਸੁਣੀਆਂ ਸਾਰੀਆਂ ਗੱਲਾਂ ਫੇਲ ਹੋ ਜਾਂਦੀਆਂ ਨੇ। ਸਾਡੀ ਪਾਰਟੀ ਜਿਹੜੀ ਕਾਂਗਰਸ ਪਾਰਟੀ ਹੈ ਉਹ ਮੁੱਖ ਵਿਰੋਧੀ ਧਿਰ ਦੇ ਵਿੱਚ ਹੈਗੀ ਹੈ। ਸਾਡੀ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਬੜੇ ਯਤਨਸ਼ੀਲ ਰਹਿੰਦੇ ਆ ਹਮੇਸ਼ਾ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਹਮੇਸ਼ਾ ਨਿਆਂ ਦਵਾਈਏ। ਸੋ ਅਸੀਂ ਉਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਅੱਜ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਅਤੇ ਖੁੱਦੀ ਹੋਈ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਇਸ ਆਪਣੇ ਪੰਜਾਬ ਨੂੰ ਜਿਹੜਾ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਇਹਦਾ ਧਿਆਨ ਕਰੋ। ਲੋਕ ਜਿਹੜੇ ਇੱਥੋਂ ਵਪਾਰੀ ਲੋਕ ਹੈ ਉਹ ਪਲਾਇਨ ਕਰਕੇ ਜਿਹੜਾ ਯੂਪੀ ਵਰਗਾ ਸਟੇਟ ਹੈ ਇੱਥੇ ਕਦੀ ਬਹੁਤ ਅਰਾਜਕਤਾ ਹੋਇਆ ਕਰਦੀ ਸੀ ਉੱਧਰ ਤੁਰੇ ਜਾਂਦੇ ਨੇ। ਸੋ ਅੱਜ ਸਾਡਾ ਪੰਜਾਬ ਇਕਨੋਮਿਕਸ ਤੌਰ 'ਤੇ ਇਸ ਕਰਕੇ ਡਾਊਨ ਹੋ ਰਿਹਾ ਕਿ ਸਾਡੀ ਜਿਹੜੀ ਲਾਅ ਐਂਡ ਆਰਡਰ ਦੀ ਵਿਵਸਥਾ ਉਹ ਖਰਾਬ ਹੋ ਰਹੀ ਹੈ।